ਅਮਰੀਕਾ ਵਿੱਚ ਪੰਜਾਬੀ ਮੁਟਿਆਰ ਵਿਰੁੱਧ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਹਾਦਸੇ ਦੌਰਾਨ 5 ਜਾਣਿਆਂ ਨੂੰ ਜ਼ਖਮੀ ਕਰਨ ਦੇ ਦੋਸ਼ਾਇਦ ਕੀਤੇ ਗਏ ਨੇ 21 ਸਾਲ ਦੀ ਦਿਲਮੀਤ ਕੌਰ ਹਾਦਸੇ ਦੌਰਾਨ ਖੁਦ ਵੀ ਜ਼ਖਮੀ ਹੋ ਗਈ ਜਿਸ ਨੂੰ ਪੁਲਿਸ ਵਾਲਿਆਂ ਨੇ ਆ ਕੇ ਗੱਡੀ ਵਿੱਚੋਂ ਕੱਢਿਆ ਨਾਸਾ ਕਾਉਂਟੀ ਦੀ ਪੁਲਿਸ ਨੇ ਦੱਸਿਆ ਕਿ ਫਲੋਰਲ ਪਾਰਕ ਇਲਾਕੇ ਦੀ ਵਸਨੀਕ ਦਿਲਮੀਤ ਕੌਰ ਆਪਣੀ BMW X3 ਵਿੱਚ ਲੇਕਵੈਲ ਰੋਡ ਉਤੇ ਜਾ ਰਹੀ ਸੀ ਜਦੋਂ ਉਹ ਸਾਹਮਣੇ ਤੋਂ ਆ ਰਹੀ ਇੱਕ ਹੋਰ ਗੱਡੀ ਨੂੰ ਟੱਕਰ ਮਾਰ ਦਿੱਤੀ